ਕਿ ਚਾਤ ਮਾਰ ਲਵੋ ਅੱਜ ਛੋਟੀਆਂ-ਛੋਟੀਆਂ ਗੱਲਾਂ ਤੋਂ ਅਸੀਂ ਕਿੰਨਾ ਗਿਰ ਚੁੱਕੇ ਆ ਛੋਟੀਆਂ-ਛੋਟੀਆਂ ਗੱਲਾਂ ਨੂੰ ਅਪਣਾਉਣ ਵਾਸਤੇ ਕੋਈ ਤਿਆਰ ਨਹੀਂ ਕਹਿੰਦੇ ਵੱਡੀ ਕੋਈ ਅਪਣਾਵਾਂਗੇ ਉਹਦਾ ਮੌਕਾ ਹੀ ਨਹੀਂ ਬੰਦਾ ਛੋਟੀਆਂ-ਛੋਟੀਆਂ ਗੱਲਾਂ ਨੂੰ ਬੰਦਾ ਆਪਣੇ ਜੀਵਨ ਚੋਂ ਵਿਸਾਰੀ ਜਾਂਦਾ ਤੁਸੀਂ ਕਿਤੇ ਬਜ਼ੁਰਗ ਬੈਠੇ ਨੇ ਜਿਹੜੀ ਆ ਪਹੀ ਜਾਂਦੀ ਹੁਣ ਮੈਨੂੰ ਨਹੀਂ ਪਤਾ ਪੀ ਇੱਥੇ ਕੀ ਕਿਹਾ ਜਾਂਦਾ ਹੋਵੇਗਾ ਕੋਈ ਵੀ ਆਪਣੇ ਘਰ ਲਾਗੋਂ ਦੀ ਜਾਂ ਜ਼ਮੀਨ ਦੇ ਵਿੱਚ ਦੀ ਜਿਹੜੀ ਪਈ ਜਾਂਦੀ ਸੀ ਉਹਨੂੰ ਮਿੱਟੀ ਲਾਈ ਜਾਂਦੀ ਸੀ ਕਦੇ ਲਾਈ ਨਹੀਂ ਸੀ ਜਾਂਦੀ ਤੇ ਅੱਜ ਤੁਸੀਂ ਸੜਕਾਂ ਕਿਤੇ ਪਿੰਡਾਂ ਦੇ ਵਿੱਚ ਕਿਤੇ ਆਲੇ-ਦੁਆਲੇ ਫਿਰਨੀਆਂ ਦੇ ਉੱਤੇ ਵੇਖਿਓ ਵੀ ਬਸ ਜਿੱਥੇ-ਜਿੱਥੇ ਲੁੱਕ ਪਈ ਆ ਉਨੀ-ਉਨੀ ਸੜਕਾਂ ਜੇ ਕਿਤੇ ਉਹ ਵੀ ਨਾ ਪਈ ਹੁੰਦੀ ਉਹਨੂੰ ਪੈੜੀ ਚ ਰਲਾ ਲੈਣੀ ਸੀ ਸਾਡੇ ਵਰਗਿਆਂ ਨੇ ਪਹਿਲਾਂ ਰੁੱਖ ਲਾਏ ਜਾਂਦੇ ਸੀ ਵੱਡੇ-ਵੱਡੇ ਕੱਟ ਜਾਂਦੇ ਸੀ ਕਿਤੇ-ਕਿਤੇ ਕੋਈ ਟਾਵਾ-ਟਾਵਾ ਸੁੱਕਿਆ ਰੁੱਖ ਭਾਵੇਂ ਘਰੇ ਲਿਆ ਜਾਂਦੇ ਕਹਿੰਦੇ ਸੀ ਰੁੱਖਾਂ ਦੀ ਪੂਜਾ ਇਹੀ ਤਾਂ ਪੂਜਾ ਸੀ ਰੁੱਖਾਂ ਨੂੰ ਕੱਟਣਾ ਨਹੀਂ ਐ ਰੁੱਖਾਂ ਦੀ ਸੇਵਾ ਕਰਨੀ ਐ ਮਾਫ ਕਰਿਓ ਅੱਜ ਸ਼ਨੀਵਾਰ ਜਾਂ ਵੀਰਵਾਰ ਬੋੜ ਤੇ ਪੂਜ ਲਾਂਗੇ ਪਰ ਇਹਦੇ ਪਿੱਛੇ ਕਾਰਨ ਕੀ ਐ ਭਾਈ ਇਹਨਾਂ ਨੂੰ ਤੇਲ ਨਹੀਂ ਸੀ ਪਾਉਣਾ ਪਾਣੀ ਪਾਉਣਾ ਸੀ ਇਹ ਇੱਕ ਇੱਕ ਬੋੜ ਦੀ ਇੱਕ ਪਿੱਪਲ ਦੀ ਜਗ੍ਹਾ ਤੁਸੀਂ ਹੋਰ ਵੀ ਕਈ ਲਾਉਣੇ ਸੀ ਰੁੱਖ ਲਾਉਣੇ ਸੀ ਅੱਜ ਬੰਦੇ ਨੂੰ ਪੂਜਣਾ ਸੌਖਾ ਹੋ ਗਿਆ ਨਾ ਵੀ ਇਹ ਪੂਜਣਾ ਕਿੱਦਾਂ ਮਾੜਾ ਜਿਹਾ ਤੇਲ ਫੜੋ ਤੇ ਪਾਓ بس اہی ਇੰਨਾ ਪਰ ਅਸਲ ਚ ਪੂਜਾ ਕੀ ਹੈ ਬਾਬੇ ਦੀ ਬਾਣੀ ਨੂੰ ਪੂਜੀ ਐ ਪੁੱਛੀਏ ਸਤਗੁਰ ਜੀ ਕਹਿੰਦੇ ਪੂਜਾ ਕੀਚੇ ਨਾਮ ਧਿਆਈ ਹੈ ਨਾਮ ਨੂੰ ਧਿਆਉਣਾ ਸੱਚ ਨੂੰ ਗ੍ਰਹਿਣ ਕਰਨਾ ਹੀ ਪੂਜਾ ਹੈ ਭਾਗਾਂ ਵਾਲਿਓ ਵੱਧ ਤੋਂ ਵੱਧ ਰੱਖ ਲਾਓ ਤੇ ਮੈਂ ਸਭ ਤੋਂ ਵੱਡੀ ਗੱਲ ਕਰਦੀ ਜਾਵਾਂ ਵੀ ਬਜ਼ੁਰਗਾਂ ਦੀਆਂ ਗੱਲਾਂ ਨੂੰ ਕਦੇ ਇਗਨੋਰ ਨਾ ਕਰੋ ਜਿਹੜੀ ਸਪਿਰਟ ਜਿਹੜੀ ਹਿੰਮਤ ਉਹਨਾਂ ਦੇ ਕੋਲ ਸੀ ਨਾ ਉਹ ਜ਼ਰੂਰ ਮਾਵਾਂ ਨੂੰ ਬੇਨਤੀ ਹੈ ਦਾਦੇ ਦਾਦੀਆਂ ਕੋਲ ਬੱਚੇ ਬਿਠਾਇਆ ਕਰੋ ਤੇ ਮੇਰੀ ਦਾਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕੇਵਲ ਇਹ ਹੀ ਨਾ ਕੰਨਾਂ ਚ ਪਾਇਆ ਕਰੋ ਵੀ ਉਹ ਚਾਚੇ ਨਾਲ ਨਹੀਂ ਬੋਲਣਾ ਉਹਦੇ ਨਾਲ ਨਹੀਂ ਬੋਲਣਾ ਤੂੰ ਐਦਾਂ ਨਹੀਂ ਕਰਨਾ ਤੂੰ ਬੱਚਿਆਂ ਨੂੰ ਗੁਰਤੀਆਂ ਆਪਣੇ ਜੀਵਨ ਦੇ ਐਕਸਪੀਰੀਅੰਸ ਦੱਸੋ ਵੀ ਅਸੀਂ ਕਿੰਨੀਆਂ-ਕਿੰਨੀਆਂ ਵੱਡੀਆਂ ਮੁਸ਼ਕਲਾਂ 'ਚੋਂ ਆਏ ਆ ਬੱਚਿਓ ਅਸੀਂ ਚੁੰਦੇ ਘਰਾਂ 'ਚ ਰਹੇ ਆ ਮਿੱਟੀ ਦੇ ਲੇਪ ਲਾਏ ਨੇ ਘਰਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਸੀ ਮਿਲਦੀ ਪਰ ਆ ਦੇਖੋ ਅੱਜ ਕਿੱਡੇ ਵਧੀਆ ਮਹੱਲ ਖੜੇ ਕਰਕੇ ਦਿੱਤੇ ਨੇ ਤੁਹਾਨੂੰ ਹਿੰਮਤ ਰੱਖੋ ਕਦੇ ਵੀ ਟੈਂਦੀ ਕਲਾ ਵਾਲੀ ਗੱਲ ਆਪਣੇ ਬੱਚਿਆਂ ਕੋਲ ਨਾ ਕਰੋ ਕੁਝ ਨਹੀਂ ਹੋਇਆ ਬਹੁਤ ਕੁਝ ਚੰਗਾ ਐਸ ਦੁਨੀਆ ਦੇ ਉੱਤੇ ਇਸ ਧਰਤੀ ਤੇ ਉੱਤੇ ਅਸੀਂ ਬੜੇ ਚੰਗੇ ਆ ਬਸ ਉਹ ਚੰਗਿਆਈ ਨੂੰ ਪਾਣੀ ਦੇਣ ਦੀ ਲੋੜ ਐ ਉਹ ਚੰਗਿਆਈ ਦੇ ਬੂਟੇ ਕਰ ਕਰ ਲਾਉਣ ਦੀ ਲੋੜ ਐ ਜਿਹੜੇ ਮੇਰੇ ਵੀਰ ਨਸ਼ਾ ਕਰਦੇ ਨੇ ਮੇਰੇ ਉਹ ਵੀਰੋ ਮੈਂ ਚਲੋ ਤੁਹਾਨੂੰ ਇੱਕੇ ਦਮ ਇਹ ਗੱਲ ਨਹੀਂ ਕਹਿੰਦੀ ਪੀ ਅੱਜ ਤੋਂ ਹੀ ਕੇਸ ਦਾੜੀ ਰੱਖ ਲਵੋ ਸਹੀਜੇ ਸਹੀਜੇ ਕੋਈ ਨਹੀਂ ਸਮਾ ਆਵੇਗਾ ਇੱਕ ਦਿਨ ਪਹਿਲਾਂ ਰੁੱਖ ਲਾਇਆ ਜਾਂਦਾ ਹੈ ਫਿਰ ਉਹਦੀ ਪਰਵਰਿਸ਼ ਕੀਤੀ ਜਾਂਦੀ ਹੈ ਫਿਰ ਉਹ ਰੁੱਖ ਫਲ ਵੀ ਦਿੰਦਾ ਹੈ ਫੁੱਲ ਵੀ ਦਿੰਦਾ ਹੈ ਛਾਂ ਵੀ ਦਿੰਦਾ ਹੈ ਸਭ ਕੁਝ ਟਾਈਮ ਆਉਣ ਤੇ ਹੋ ਜਾਵੇਗਾ ਜਰੂਰ ਮੇਰੀਓ ਪੈਣੋ ਜੇ ਤੁਹਾਡੇ ਵੀ ਘਰ ਵਾਲੇ ਨਸ਼ੇ ਕਰਦੇ ਨੇ ਸਮਝਾਇਆ ਕਰੋ ਹਾਂ ਜਿੰਨਾ ਲੜ ਕੇ ਆਪਾਂ ਪੇਕੇ ਜੂ ਜਾਂਨੇ ਆ ਮੈਨੂੰ ਨਿੱਕਿਆ ਪਹਿਲਾਂ ਘਰਾਂ ਦੇ ਵਿੱਚ ਵੇਖੋ ਕੱਡੀਆਂ-ਕੱਡੀਆਂ ਵੱਡੀਆਂ ਮੁਸ਼ਕਲਾਂਾਂ ਚ ਸੀ ਕਦੀ ਨਹੀਂ ਸੀ ਪੈਣਾ ਡੋਲੀਆਂ ਅੱਜ ਛੋਟੀਆਂ ਛੋਟੀਆਂ ਗੱਲਾਂ ਤੋਂ ਚੱਕੀ ਦੇ ਨੇ ਬੈਗ ਤੇ ਤੁਰ ਜਾਂਦੇ ਨੇ ਪੇਕੇ ਮਾਪੇ ਵੀ ਪਹਿਲਾਂ ਧੀ ਨੂੰ ਜਦੋਂ ਸਹਰੇ ਘਰ ਤੋੜਦੇ ਸੀ ਤੇ ਕਹਿੰਦੇ ਸੀ ਕਦੇ ਲੜਕੇ ਨਾਲ ਹੀ ਖੁਸ਼ੀ-ਖੁਸ਼ੀ ਭਾਵੇਂ 2 ਮਹੀਨੇ ਰਹਿ ਜੀ ਲੜਕੇ ਤੇਰੇ ਵਾਸਤੇ ਆ ਰਾਣੀ ਹੈਗਾ ਮਾਫ ਕਰਿਓ ਅੱਜ ਪੇਚੋਂ ਫੋਨ ਵੀ ਕਈ ਵਾਰਾ ਚੜਦੀ ਕਲਾ ਵਾਲੇ ਹੀ ਜਾਂਦੇ ਨੇ ਵੀ ਗੱਲ ਹੀ ਕੋਈ ਨਹੀਂ ਆਪਾਂ ਕੋਈ ਹੋਰ ਵੇਖ ਲਵਾਂਗੇ ਪਰ ਇਹਨਾਂ ਦੇ ਇਹਨਾਂ ਵੱਲ ਨਾ ਤੁਰਈ ਇਹਨਾਂ ਦੀ ਗੁਲਾਮੀ ਨਹੀਂ ਆਪਾਂ ਸਹਿਣੀ ਮੇਰੀ ਉਹ ਭੈਣੋ ਜਰੂਰ ਆਪਾਂ ਵੇਖੋ ਸਾਈਬ ਜਾਦਿਆਂ ਦੀ ਯਾਦ ਨੂੰ ਸਮਰਪਿਤ ਬੈਠੀਆਂ ਇਤਿਹਾਸ ਉਹੀ ਹੈ ਜਿਹੜਾ ਬੜੇ ਲੰਮੇ ਸਮੇਂ ਤੋਂ ਅਸੀਂ ਸੁਣਦੇ ਆਏ ਹਾਂ ਉਸ ਇਤਿਹਾਸ ਨੇ ਜੁਰਤ ਪਰੀ ਹੈ ਮੁਸ਼ਕਲਾਂ ਨਾਲ ਲੜਨਾ ਸਿਖਾਇਆ ਹੈ ਸਾਨੂੰ ਹਿੰਮਤ ਦਿੱਤੀ ਐ ਮੈਨੂੰ ਐ ਲੱਗਦਾ ਵੀ ਸਾਡਾ ਕੋਈ ਘਰੇ ਘਰੇ ਕਬਜ਼ਾ ਕਰ ਲੈਣਾ ਸਾਡੇ ਘਰ ਤੇ ਤੇ ਸਾਡੇ ਚੋਂ ਇੱਕ ਅੱਧੇ ਨੂੰ ਤੇ ਅਟੈਕ ਹੋਇਆ ਹੀ ਸਮਝੋ ਪਰ ਗੱਡਾ ਬਿਖੜਾ ਪੈਂਡਾ ਇੱਕ ਪਾਸੇ ਕਸਮਾਂ ਖਾਦੀਆਂ ਗਈਆਂ ਵੀ ਕੁਝ ਨਹੀਂ ਕਹਿੰਦੇ ਦੂਜੇ ਪਾਸੇ ਆ ਹਮਲਾ ਕਰ ਦਿੰਦੇ ਨੇ ਅਗਲੇ ਪਾਸੇ ਸਰਸਾ ਨਦੀ ਦਾ ਠਾਠਾ ਮਾਰਦਾ ਪਾਣੀ ਕਿੰਨੇ ਕਿੰਨੇ ਸਿੰਘ ਸਿੰਘਣੀਆਂ ਉਹਦੇ ਵਿੱਚ ਰੁੜ ਗਏ ਆਉਣਗੇ ਕਿੰਨਿਆਂ ਨੇ ਸਰਸਾ ਨਦੀ ਦੇ ਕੰਢੇ ਸ਼ਹਾਦਤ ਦਾ ਜਮ ਪੀ ਲਿਆ ਹੋਵੇਗਾ ਅੱਗੇ ਮਾਛੀਵਾੜੇ ਦੇ ਜੰਗਲ ਚਮਕੌਰ ਦੀ ਗੜੀ ਸਾਕਾ ਸਰਹੰਦ ਕਿੰਨਾ ਵਿਖੜਾ ਪੈੜਾ ਸੀ ਪਰ ਹਿੰਮਤ ਨਹੀਂ ਹਾਰੀ ਸਿੱਖੀ ਦੀ ਨੀਂ ਬੜੀ ਮਜ਼ਬੂਤ ਰੱਖੀ ਐ ਮੇਰੇ ਕਲਗੀਆਂ ਵਾਲੇ ਨੇ ਕਲਗੀ ਧਰ ਦੇ ਪੁੱਤਰੋ ਹਿੰਮਤ ਨਾਲ ਜ਼ਿੰਦਗੀ ਬਤੀਤ ਕਰੋ हिम्मत ਦਾ ਹੋਣਾ ਬੜਾ ਜ਼ਰੂਰੀ ਐਵੇਂ ਨਹੀਂ ਛੋਟੇ ਬੱਚਿਆਂ ਨੇ ਕਹਿ ਦਿੱਤਾ ਵੀ ਜਿਹੜਾ ਤੂੰ ਆ ਪਰਚਾ ਲੈ ਰਿਆ ਹੈ ਤਾਂ ਔਖਾ ਹੈ ਪਰਚਾ ਇਸ਼ਕ ਦਾ ਸੂਬਿਆ ਬੜਾ ਔਖਾ ਇਹਨੂੰ ਪਾਵੇਂ ਹੋਰ ਔਖਾ ਕਰ ਲੈ ਰੋਜ਼ ਰੋਜ਼ ਕਿਹੜਾ ਇਮਤਿਹਾਨ ਹੋਣਾ ਹੈ ਉਹ ਤੇਰੀ ਕੰਧ ਨੇ ਜਿਉਂ-ਜਿਉਂ ਉਸਰਨਾ ਹੈ ਸਾਡੇ ਇਸ਼ਕ ਨੇ ਤਿਉਂ-ਤਿਉਂ ਜਵਾਨ ਹੋਣਾ ਜਿੰਨੀ ਵੱਡੀ ਮੁਸ਼ਕਲ ਜਿਸ ਬੰਦੇ ਦੇ ਸਾਹਮਣੇ ਆਉਗੀ ਨਾ ਇੱਕ ਬੰਦਾ ਉਹ ਹੈ ਜਿਹੜਾ ਮੁਸ਼ਕਲ ਨੂੰ ਵੇਖ ਕੇ ਘਬਰਾ ਜਾਂਦਾ ਹੈ ਇੱਕ ਬੰਦਾ ਉਹ ਹੈ ਜਿਹੜਾ ਨਖਾਰ ਲੈਂਦਾ ਹੈ ਆਪਣੇ ਆਪ ਨੂੰ ਹੁਣ ਘਬਰਾਉਣਾ ਹੈ ਜਾਂ ਨਖਾਰਨਾ ਹੈ ਇਹ ਸਾਡੇ ਹੱਥ ਵਸ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਪਾਗਾਂ ਵਾਲਿਓ ਘਰਾਂ ਦੇ ਵਿੱਚ ਸਹਿਜ ਪਾਠ ਜਿਵੇਂ ਰੋਟੀ ਪਕਾਉਣੀ ਬੜੀ ਜ਼ਰੂਰੀ ਸਾਡੇ ਨਾਲ ਅਕਸਰ ਗੁਰਬਾਣੀ ਦਾ ਆਸਰਾ ਇੱਕ ਤਾਂ ਰਸਮਾਂ ਪੂਰੀਆਂ ਕਰਨ ਵਾਸਤੇ ਲਿਆ ਜਾਂਦਾ ਹੈ ਤੇ ਦੂਜਾ ਮੁਸੀਬਤ ਵੇਲੇ ਉਦਣਾ ਨਹੀਂ ਸਾਨੂੰ ਕੋਈ ਚਿੱਤ ਖਿਆਲ ਹੁੰਦਾ ਧੀ ਪੁੱਤ ਦਾ ਵਿਆਹ ਕਰਨਾ ਰਸਮ ਮੈਣਾ ਲਿਜਾਣਾ ਪੈਣਾ ਬਾਬਾ ਤੈਨੂੰ ਕਰ ਫੇ ਰਸਮ ਅਦਾ ਕਰਨੀ ਹੈ ਵੀ ਗੁਰੂ ਜੀ ਆਏ ਆ ਚਲੋ ਜੀ ਪਾਠ ਕੀਤਾ ਹੈ ਤੇ ਘਰੇ ਚਲੇ ਗਏ ਪਰ ਭਾਗਾਂ ਵਾਲਿਓ ਗੁਰੂ ਨੂੰ ਚੇਤੇ ਚ ਚੱਤੇ ਪੈਰ ਰੱਖੋ ਵਸਾਰੋ ਨਾ ਮੈਂ ਕੱਲ ਬੇਨਤੀ ਕੀਤੀ ਸੀ ਘਰਾਂ ਦੇ ਵਿੱਚ ਸਹਿਜ ਪਾਠ ਕਰੋ ਦਾਦੀਓ ਬਜ਼ੁਰਗੋ ਪੋਤਿਆਂ ਨੂੰ ਕੋਲ ਬਿਠਾਓ ਨਹੀਂ ਪਾਠ ਕਰਨਾ ਹੁੰਦਾ ਵੈਗਰੂ ਵੈਗਰੂ ਇਕੋ ਬੱਚਿਓ ਕਰੋ ਗੁਰੂ ਘਰ ਉਂਗਲੀ ਲਾ ਕੇ ਲਾਇਆਓ ਪਈ ਆਓ ਕੜੀ ਬਿਠਾਓ ਪਾਠ ਸੁਣਾਓ ਆਪਣੇ ਬੱਚਿਆਂ ਨੂੰ ਉਹ ਇੱਧਰ ਉੱਧਰ ਨਾ ਭਟਕਦੇ ਫਿਰਿਓ ਕੱਖ ਵੀ ਨਹੀਂ ਜੇ ਮਿਲਣਾ ਇੱਧਰ ਉੱਧਰ ਨਾ ਜਾੜਿਓ ਜਾਇਓ ਕਿਸੇ ਮੜੀ ਤੇ ਕਿਸੇ ਕਬਰ ਤੇ ਉਹਨਾਂ ਲੋਕਾਂ ਦੇ ਕੋਲ ਨਾ ਜਾਇਓ ਜਿਨ੍ਹਾਂ ਦੇ ਕੋਲ ਆਪ ਜਿਨ੍ਹਾਂ ਦੇ ਪੱਲੇ ਆਪ ਕੱਖ ਨਹੀਂ ਹੈ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੋ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ 'ਚ ਅਪਣਾਓ ਮੇਰੀਓ ਭੈਣੋ ਜਰੂਰ ਸਹਿਜ ਪਾਠ ਕਰੋ ਮੇਰੇਓ ਵੀਰੋ ਜਰੂਰ ਸਹਿਜ ਪਾਠ ਕਰੋ ਮੈਂ ਗੱਲ ਕੀਤੀ ਸੀ ਜਿਹੜਾ ਮੇਰਾ ਵੀਰ ਜਾਂ ਮੇਰੀਓ ਭੈਣੋ ਕਿਸੇ ਦਾ ਭਰਾ ਕਿਸੇ ਦਾ ਪਤੀ ਨਸ਼ੇ ਕਰਦਾ ਹੋਊਗਾ ਕਾਲੀਆਂ ਨਾ ਪਿਓ ਰੋਜ਼ ਸਮਝਾਇਆ ਕਰੋ ਹਾ ਗੁੜਕਾ ਫੜਨਾ ਸ਼ੁਰੂ ਕਰ ਦੇਵੋ ਕਿਤੇ ਤੇ ਸ਼ਰਮ ਆਊਗੀ ਬਾਣੀ ਪੜਨੀ ਸ਼ੁਰੂ ਕਰ ਦਵੋ ਉਹਨੂੰ ਨਾਲ ਲੈ ਕੇ ਠੀਕ ਹੈ ਸਿਰ ਦੇ ਅਸਾਈਆਂ ਸ਼ਾਮਾਂ ਨੂੰ 7 8 ਵਜੇ ਤੋਂ ਬਾਅਦ ਪੀਲੀ ਦਾਰੂ ਪਰ ਉਦੋਂ ਪਹਿਲਾਂ ਮੇਰੇ ਨਾਲ ਗੁਰੂ ਘਰ ਆ ਮੱਥਾ ਟੇਕ ਕੇ ਆਈਏ ਸਵੇਰੇ ਟਾਈਮ ਨਾਲ ਉਠਾਓ ਜਾਂ ਸਰੀਰ ਦਾ ਇਸ਼ਨਾਨ ਕਰਕੇ ਆ ਆ ਗੁਰੂ ਘਰ ਮੱਥਾ ਸਾਰਾ ਦਿਨ ਜੋ ਮਰਜ਼ੀ ਕਰਦਾ ਰਹੀਂ ਉਹ ਚੰਗਿਆਂ ਕੋਲ ਆਵਾਂਗੇ ਤੇ ਚੰਗੀ ਮੱਤ ਪਾਊਗੀ ਚੰਗਿਆਂ ਕੋਲ ਖੜਾਂਗੇ ਤੇ ਕੁਝ ਚੰਗਾ ਹੀ ਹੋਵੇਗਾ ਜ਼ਰੂਰ ਟਾਈਮ ਕੱਢੋ ਅੱਜ ਸਾਡੇ ਕੋਲ ਸਮਾਂ ਬਹੁਤ ਹੈ ਟਾਈਮ ਹੋਰਨ ਪਾਸੇ ਬਹੁਤ ਹੈ ਕਿਤੇ ਜੇ ਕਿਤੇ ਆ ਆਪਣੀ ਜ਼ਿੰਦਗੀ ਦੇ ਵਿੱਚ ਟਾਈਮ ਬੰਨ ਲਾਉਣਾ ਪਾਠ ਵੀ ਕਰਨਾ ਹੈ ਗੁਰੂ ਘਰ ਵੀ ਜਿਹੜਾ ਗੁਰੂ ਘਰ ਆ ਸਕਦਾ ਉਹ ਗੁਰੂ ਘਰ ਆਵੇ ਜਿਹੜਾ ਘਰ 'ਚ ਬੈਠ ਕੇ ਪਾਠ ਕਰ ਸਕਦਾ ਉਹ ਪਾਠ ਕਰੇ ਤੇ ਵੇਖਿਓ ਸਾਡੇ ਜੀਵਨ ਦੇ ਵਿੱਚ ਕਿੰਨੀਆਂ ਪਰੇਸ਼ਾਨੀਆਂ ਕਿੰਨੀਆਂ ਚਿੰਤਾਵਾਂ ਕਿੰਨੇ ਝੋਰੇ ਖਤਮ ਹੋ ਜਾਵੇ ਬਾਬੇ ਦੀ ਬਾਣੀ ਸਾਨੂੰ ਹਿੰਮਤ ਦਿੰਦੀ ਹੈ ਹਿੰਮਤ ਉਦੋਂ ਆਵੇਗੀ ਜਦੋਂ ਇਹਨੂੰ ਪੜਾਂਗੇ ਇਹਦੀ ਕੋਈ ਸੁਣਾਂਗੇ ਜਿਨ੍ਹਾਂ ਚਿਰ ਸੁਣਦੇ ਨਹੀਂ ਹੈ ਉਹਨਾਂ ਚਿਰ ਭਾਗਾਂ ਵਾਲਿਓ ਹਿੰਮਤ ਦਾ ਸਾਡੇ ਲਾਗੋਂ ਪਾਸੋਂ ਦੀ ਨੰਗਣਾ ਵੀ ਬੜਾ ਮੁਸ਼ਕਲ ਹੈ